ਅਗਲੀ ਬੈਰ ਆਪਾਂ ਦੇਖਦੇ ਹਾਂ ਬੈਰ ਸਰੀਹੀ, ਇਹ ਹੁੰਦੀ ਹੈਗੀ ਆ ਮੁਸਤਫਿਲਨ ਦੇ ਨਾਲ ਮਫਊਲਾਤਾਂ ਦਾ। ਮੁਸੱਦਸ ਸਾਲਮ ਇਹਦਾ ਰੂਪ ਹੋ ਗਿਆ, ਮੁਸਤਫਿਲਨ ਮੁਸਤਫਿਲਨ ਮਫਊਲਾਤ, ਮੁਸਤਫਿਲਨ ਮੁਸਤਫਿਲਨ ਮਫਊਲਾਤ। ਅਤੇ ਇਹਦੇ ਵਿੱਚ ਇੱਕ ਸ਼ੇਰ ਦੇਖਦੇ ਹਾਂ, ਪਰ ਆਸ ਰੇ ਜੀਂਦਾ ਰਿਹਾ ਜੋ ਵੀ ਸ਼ਖਸ, ਸਮਝੋ ਕਿ ਉਹ ਮੁਰਦਾ ਰਿਹਾ ਸਾਰੀ ਉਮਰ। ਪਰ ਆਸ ਰੇ ਜੀਂਦਾ ਰਿਹਾ ਜੋ ਵੀ ਸ਼ਖਸ, ਸਮਝੋ ਕਿ ਉਹ ਮੁਰਦਾ ਰਿਹਾ ਸਾਰੀ ਉਮਰ। ਇਹ ਹੈ ਜੀ ਸਾਡੀ ਬੈਰ ਸਰੀ। ਅਗਲੀ ਬੈਰ ਹੈ ਬੈਰ ਕਰੀਬ, ਇਹ ਮੁਫਾਇਲੁਨ ਅਤੇ ਫਾਇਲਾਤੁਨ ਦੇ ਮੇਲ ਤੋਂ ਬਣਦੀ ਆ। ਇਹਦੇ ਜੇ ਮੁਸੱਦਸ ਸਾਲਮ ਰੂਪ ਦੇਖਣਾ ਹੋਵੇ, ਮੁਫਾਇਲੁਨ ਮੁਫਾਇਲੁਨ ਫਾਇਲਾਤੁਨ, ਮੁਫਾਇਲੁਨ ਮੁਫਾਇਲੁਨ ਫਾਇਲਾਤੁਨ। ਅਤੇ ਇਹਦੇ ਵਿੱਚ ਇੱਕ ਸ਼ੇਰ ਜੋਗਾ ਸਿੰਘ ਜਗਿਆ ਸੁਣ ਦਾ ਇੰਜ ਫਿੱਟ ਆਉਂਦਾ, ਮੈਂ ਫਿਰ ਸੋਚਾਂਗਾ ਪੈਗੰਬਰ ਪੀਰ ਬਾਰੇ ਜੇ ਮੁੱਕ ਜਾਵੇਗੀ ਇਹ ਆਦਮ ਜ਼ਾਤ ਦੀ ਗੱਲ। ਮੈਂ ਫਿਰ ਸੋਚਾਂਗਾ ਪੈਗੰਬਰ ਪੀਰ ਬਾਰੇ ਜੇ ਮੁੱਕ ਜਾਵੇਗੀ ਇਹ ਆਦਮ ਜ਼ਾਤ ਦੀ ਗੱਲ। ਇਹ ਹੈ ਜੀ ਸਾਡੀ ਬੈਰ ਕਰੀਬ। ਆਖਰੀ ਸਾਡੀ ਬੈਰ ਆ ਗਈ ਜੀ ਬੈਰ ਮੁਸ਼ਾਕਲ। ਇਹ ਆਪਣੀ ਪਹਿਲੀ ਬੈਰ ਨਾਲੋਂ ਉਲਟਿਆ, ਇਹਦੇ ਵਿੱਚ ਜਿਹੜਾ ਫਾ ਇਲਾਤੁਨ ਆ ਉਹ ਅੱਗੇ ਆ ਗਿਆ। ਫਾ ਇਲਾਤੁਨ ਮੁਫਾ ਇਲੁਨ ਮੁਫਾ ਇਲੁਨ ਫਾ ਇਲਾਤੁਨ ਮੁਫਾ ਇਲੁਨ ਮੁਫਾ ਇਲੁਨ। ਇਹਦੇ ਵਿੱਚ ਆਪਾਂ ਐਸ ਤਰਸੇਮ ਹੁਣਾਂ ਦਾ ਇੱਕ ਸ਼ੇਰ ਦੇਖਦੇ ਹਾਂ, ਜੇ ਤੁਸੀਂ ਮੁੜ ਹਨੇਰੀ ਨੂੰ ਬੁਲਾਉਣਾ ਸੀ ਸ਼ਹਿਰ ਇਹ ਇਸ ਤਰ੍ਹਾਂ ਕਾਹਨੂੰ ਸਜਾਉਣਾ ਸੀ। ਜੇ ਤੁਸੀਂ ਮੁੜ ਹਨੇਰੀ ਨੂੰ ਬੁਲਾਉਣਾ ਸੀ ਸ਼ਹਿਰ ਇਹ ਇਸ ਤਰ੍ਹਾਂ ਕਾਹਨੂੰ ਸਜਾਉਣਾ ਸੀ। ਇਹ ਹੋ ਗਈਆਂ ਜੀ ਸਾਡੀਆਂ 19 ਬਹਿਰਾਂ ਅਰੂਜ ਦੀਆਂ। ਅਤੇ ਹੋਰ ਤੁਸੀਂ ਅਰੂਜ ਬਾਰੇ ਗਿਆਨ ਪ੍ਰਾਪਤ ਕਰਨਾ ਹੋਵੇ, ਬਾਕੀ ਤਾਂ ਆਪਣੀ ਮਿਹਨਤ ਆ, ਜਿੰਨਾ ਤੁਸੀਂ ਸ਼ੇਰਾਂ ਦੇ ਵਿੱਚ ਵਰਤੋਂਗੇ, ਜਿੰਨੀ ਤੁਸੀਂ ਤਕਤੀ ਆਪ ਜ਼ਿਆਦਾ ਕਰੋਗੇ, ਉਨਾ ਤੁਹਾਨੂੰ ਉਹਦਾ ਪਤਾ ਲੱਗ ਜਾਣਾ। ਪਰ ਜੇ ਤੁਸੀਂ ਹੋਰ ਗਿਆਨ ਪ੍ਰਾਪਤ ਕਰਨਾ ਹੋਵੇ ਕਿਤਾਬਾਂ ਤੋਂ, ਤਾਂ ਇਹਦੀ ਜਿਹੜੀ ਸਭ ਤੋਂ ਵਧੀਆ ਕਿਤਾਬ ਹੈ ਪੰਜਾਬੀ ਦੇ ਵਿੱਚ ਉਹ ਹੈ ਪ੍ਰੋਫੈਸਰ ਜੋਗਿੰਦਰ ਸਿੰਘ ਹੁਣਾਂ ਦੀ ਪਿੰਗਲ ਅਤੇ ਅਰੂਜ਼। ਅਤੇ ਮੇਰਾ ਖਿਆਲ ਪਹਿਲੀ ਵੀ ਇਹੀ ਕਿਤਾਬ ਆ ਅਤੇ ਅੱਜ ਤੱਕ ਸਭ ਤੋਂ ਵਧੀਆ ਇਹੀ ਕਿਤਾਬ। ਹੋਰ ਜਿੰਨੀਆਂ ਵੀ ਕਿਤਾਬਾਂ ਉਹ ਇਹਦੇ ਬਾਰੇ ਹੀ ਗੱਲ ਕਰਦੇ ਆ ਕਿ ਇਸ ਕਿਤਾਬ 'ਚ ਇੱਦਾਂ ਲਿਖਿਆ, ਇਸ ਕਿਤਾਬ 'ਚ ਇੱਦਾਂ ਲਿਖਿਆ। ਇਹ ਥੋੜ੍ਹੀ ਜਿਹੀ ਪਰ ਮੁਸ਼ਕਲ ਆ। ਪਰ ਜਿਹੜੀ ਪਿੰਗਲ ਅਤੇ ਅਰੂਜ਼ ਦੀ ਸਭ ਤੋਂ ਅਰੂਜ਼ ਬਾਰੇ ਸਭ ਤੋਂ ਸੌਖੀ ਕਿਤਾਬ ਆ ਉਹ ਡਾਕਟਰ ਐਸ ਤਰਸੇਮ ਹੁਣਾਂ ਦੀ ਕਿਤਾਬ ਆ। ਅਤੇ ਇਹਦੇ ਵਿੱਚ ਇਹਨਾਂ ਨੇ ਕੋਈ ਵਾਧੂ ਗੱਲ ਨਹੀਂ ਲਿਖੀ, ਅਤੇ ਜਿਹੜੀ ਚੀਜ਼ ਚਾਹੀਦੀ ਆ ਉਹੀ ਲਿਖੀ ਆ। ਅਤੇ ਬਾਕੀ ਆਪਣੀ ਮਿਹਨਤ ਕਰਦੇ ਰਹੋ। ਜੇ ਕੋਈ ਮੇਰੇ ਤੋਂ ਕੋਈ ਅਰਬੀ ਦਾ, ਕੋਈ ਉਰਦੂ ਦਾ ਜਾਂ ਕੋਈ ਪੰਜਾਬੀ ਦਾ ਲਫਜ਼ ਵੀ, ਕੋਈ ਸ਼ਬਦ ਗਲਤ ਬੋਲਿਆ ਗਿਆ ਹੋਵੇ ਤਾਂ ਅਣਜਾਣ ਬੱਚੇ ਸਮਝ ਕੇ ਮਾਫ਼ ਕਰ ਦੇਣਾ। ਜਿੰਨਾ ਕੁ ਬੰਦੇ ਨੂੰ ਆਉਂਦਾ ਉਹੀ ਅੱਗੇ ਸਿਖਾ ਸਕਦਾ, ਅਤੇ ਜਿਹੜੀ ਚੀਜ਼ ਦਾ ਨਹੀਂ ਪਤਾ ਹੁੰਦਾ ਉਹ ਕਈ ਵਾਰੀ ਗਲਤ ਵੀ ਬੋਲੀ ਜਾਂਦੀ ਆ। ਅਤੇ ਕਈ ਵਾਰੀ ਇੱਕੋ ਵਾਰੀ ਬੈਠ ਕੇ ਆਪਾਂ ਸਾਰਾ ਬੋਲਿਆ ਕਰਕੇ ਅਤੇ ਕਈ ਵਾਰੀ ਗਲਤੀਆਂ ਵੀ ਹੋ ਜਾਂਦੀਆਂ, ਅਤੇ ਕੋਸ਼ਿਸ਼ ਤਾਂ ਕਰਾਂਗੇ ਜੇ ਕੋਈ ਗਲਤੀ ਹੋਈ ਹੋਈ ਅਤੇ ਉਹਨੂੰ ਬਾਅਦ ਵਿੱਚ ਸਕਰੀਨ 'ਤੇ ਠੀਕ ਕਰ ਦਿੱਤਾ ਜਾਵੇ, ਪਰ ਫਿਰ ਵੀ ਗਲਤੀਆਂ ਹੋ ਜਾਂਦੀਆਂ ਅਤੇ ਉਹਦੇ ਲਈ ਮਾਫ਼ੀ ਮੰਗਦੇ ਹਾਂ। ਅਤੇ ਜੇ ਕੋਈ ਪ੍ਰਸ਼ਨ ਹੋਵੇ ਜਿਹਦਾ ਤੁਸੀਂ ਉੱਤਰ ਪੁੱਛਣਾ ਹੋਵੇ ਉਹ ਤੁਸੀਂ ਕਮੈਂਟਾਂ ਦੇ ਵਿੱਚ ਲਿਖ ਕੇ ਪੁੱਛ ਸਕਦੇ ਹਾਂ, ਅਤੇ ਕੋਸ਼ਿਸ਼ ਕਰਾਂਗੇ ਉਹਦਾ ਜ਼ਰੂਰ ਉੱਤਰ ਦਿੱਤਾ ਜਾਵੇ। ਧੰਨਵਾਦ।